ਇਹ ਸੈਂਟਰੀਫਿਊਗਲ ਸ਼ਕਤੀ ਨੂੰ ਦਰਸਾਉਂਦਾ ਬਹੁਤ ਹੀ ਰੋਚਕ ਤਜਰਬਾ ਹੈ। ਇਸ ਲਈ ਤੁਹਾਨੂੰ ਖਾਲੀ ਪੈਨ ਟਿਊਬ ਜਿਸਦੇ ਅੰਦਰ ਧਾਗਾ ਹੋਵੇ ਚਾਹੀਦਾ ਹੈ, ਉਸਦੇ ਥੱਲੇ ਵਾਲੇ ਪਾਸੇ ਇੱਕ ਭਾਰੀ ਬੈਟਰੀ ਅਤੇ ਉੱਪਰ ਵਾਲੇ ਪਾਸੇ ਹਲਕੀ ਰਬੜ ਦੀ ਗੇਂਦ ਹੋਵੇਗੀ। ਬੈਟਰੀ ਗੇਂਦ ਨਾਲੋਂ 10 ਗੁਣਾ ਜ਼ਿਆਦਾ ਭਾਰੀ ਹੋਵੇਗੀ, ਪਰ ਜਦੋਂ ਤੁਸੀਂ ਪੈਨ ਨੂੰ ਘੁਮਾਓਗੇ ਤਾਂ ਹੈਰਾਨੀਜਨਕ ਤਰੀਕੇ ਨਾਲ ਗੇਂਦ ਭਾਰੀ ਬੈਟਰੀ ਨੂੰ ਉੱਪਰ ਚੁੱਕ ਲਵੇਗੀ। ਇਹ ਘੁੰਮਣ ਦੀ ਸ਼ਕਤੀ ਕਾਰਨ ਹੀ ਸੰਭਵ ਹੈ। ਇਸੇ ਸਿਧਾਂਤ ਦੇ ਆਧਾਰ 'ਤੇ ਤੁਸੀਂ ਬਹੁਤ ਵਧੀਆ ਪੰਪ ਵੀ ਬਣਾ ਸਕਦੇ ਹੋ। ਇਸ ਲਈ ਤੁਹਾਨੂੰ 1 ਮੀਟਰ ਲੰਮੀ ਰਬੜ ਦੀ ਟਿਊਬ ਅਤੇ 1 ਪਾਣੀ ਦੀ ਭਰੀ ਬੋਤਲ ਚਾਹੀਦੀ ਹੈ। ਟਿਊਬ ਦਾ 1 ਹਿੱਸਾ ਪਾਣੀ ਦੀ ਬੋਤਲ ਵਿੱਚ ਡੁਬੋ ਦਿਓ, ਦੂਜੇ ਪਾਸਿਓਂ ਪਾਣੀ ਨੂੰ ਬਾਹਰ ਖਿੱਚੋ। ਇਸ ਨਾਲ ਪਾਣੀ ਬਾਹਰ ਆਉਣਾ ਸ਼ੁਰੂ ਹੋ ਜਾਵੇਗਾ। ਹੁਣ ਬਾਹਰ ਵਾਲੇ ਹਿੱਸੇ ਨੂੰ ਫੜੋ ਅਤੇ ਉਸ ਨੂੰ ਘੁਮਾਉਣਾ ਸ਼ੁਰੂ ਕਰ ਦਿਓ। ਪਾਣੀ ਸੈਂਟਰੀਫਿਊਗਲ ਪੰਪ ਰਾਹੀਂ ਬਾਹਰ ਆ ਜਾਵੇਗਾ ਅਤੇ ਚਾਰੇ ਪਾਸੇ ਖਿੱਲਰ ਜਾਵੇਗਾ। ਹੌਲੀ ਹੌਲੀ ਪਾਣੀ ਦਾ ਪੱਧਰ ਥੱਲੇ ਵੱਲ ਜਾਣਾ ਸ਼ੁਰੂ ਹੋਵੇਗਾ ਅਤੇ ਬੋਤਲ ਵਿੱਚੋਂ ਸਾਰਾ ਪਾਣੀ ਨਿਕਲ ਜਾਵੇਗਾ। ਤੁਸੀਂ ਨਕਲੀ ਮੀਂਹ ਵਿੱਚ ਬੱਚਿਆਂ ਨੂੰ ਨਹਾਉਂਦੇ ਦੇਖ ਸਕਦੇ ਹੋ। ਗਰਮੀ ਦੇ ਦਿਨਾਂ ਵਿੱਚ ਕੀਤਾ ਜਾਣ ਵਾਲਾ ਇਹ ਤਜਰਬਾ ਬਹੁਤ ਵਧੀਆ ਤਜਰਬਾ ਹੈ।